ਅਸਲਾਮ ਵਾਲੇਕਮ ਨਾਜ਼ਰੀਨ ਤੁਸੀਂ ਦੇਖ ਰਹੇ ਹੋ ਫਕੀਰੀ ਰੰਗ ਚੈਨਲ ਇੱਕ ਅਰੇ ਫਿਰ ਹਾਜ਼ਰ ਆ ਆਪ ਦੀ ਖਿਦਮਤ ਦੇ ਵਿੱਚ ਅੱਜ ਦਾ ਇਹ ਪੈਗਾਮ ਲੈ ਕੇ ਅੱਜ ਦੇ ਇਸ ਪੈਗਾਮ ਦੇ ਵਿੱਚ ਆਪ ਜੀ ਦੇ ਨਾਲ ਇੱਕ ਛੋਟਾ ਜਿਹਾ ਨੁਕਤਾ ਸਾਂਝਾ ਕਰਾਂਗਾ ਉਸ ਤੋਂ ਪਹਿਲਾਂ ਆਪ ਜੀ ਨੂੰ ਅੱਜ ਦਾ ਇਹ ਦਿਨ ਵੀਰਵਾਰ ਦਾ ਦਿਨ ਮੁਬਾਰਕ ਹੋਵੇ ਜੀ ਸਰਕਾਰ ਨਜ਼ਰ ਕਰਮ ਕਰੇ ਆਪਣੇ ਮੰਨਣ ਵਾਲਿਆਂ ਦੇ ਤੁਸੀਂ ਉਹ ਰਹਿਮਤ ਵਾਲੀਆਂ ਰੂਹਾਂ ਹੋ ਜਿਨ੍ਹਾਂ ਨੂੰ ਸਰਕਾਰ ਦਾ ਨੂਰ ਪ੍ਰਾਪਤ ਹੈ ਇਸ਼ਕ ਦੇ ਵਿੱਚ ਚਿਰਾਗ ਰੋਸ਼ਨ ਕਰਨ ਵਾਲੀਆਂ ਰੋਹਾਂ ਸਜਦਾ ਸਲਾਮ ਕਰਨ ਵਾਲੀਆਂ ਰੋਹਾਂ ਆਪ ਨੂੰ ਅੱਜ ਦਾ ਇਹ ਦਿਨ ਮੁਬਾਰਕ ਹੋਵੇ ਜੀ ਤਾਂ ਅੱਜ ਦੇ ਇਸ ਪੈਗਾਮ ਦੇ ਵਿੱਚ ਆਪ ਜੀ ਨਾਲ ਗੱਲ ਸੰਜੇ ਕਰਦੀਆਂ ਆਓ ਇਹ ਪੈਗਾਮ ਸ਼ੁਰੂ ਕਰੀਏ ਉਸ ਗੁਜ਼ਰ ਦੇ ਨਾਂ ਤੇ ਜੋ ਹਰ ਇੱਕ ਤੇ ਮਿਹਰਬਾਨ ਔਰ ਨਿਗੇਵਾਨ ਹੈ ਤਾਂ ਇੱਕ ਗੱਲ ਇਹ ਹੈ ਕਿ ਆਪਾਂ ਜਦੋਂ ਵੀ ਕਿਤੇ ਦੁੱਖ ਦੇ ਨਾਲ ਜਾਂ ਤਕਲੀਫਾਂ ਦੇ ਵਿੱਚ ਪੈ ਕੇ ਤਰਫ ਰਹਿ ਹੁੰਦੇ ਆ ਤੇ ਜੇ ਉਸ ਵਕਤ ਕੁਝ ਨਾ ਸਮਝ ਲੱਗੇ ਤੇ ਆਪਣੇ ਮਾਲਕ ਦੇ ਉੱਪਰ ਆਪਣੇ ਪੀਰ ਦੇ ਉੱਪਰ ਪੱਕੇ ਅਕੀਦੇ ਦੇ ਨਾਲ ਪੱਕੇ ਵਿਸ਼ਵਾਸ ਦੇ ਨਾਲ ਆਪਣੇ ਡੋਰ ਜਿਹੜੀ ਹੈ ਉਸ ਦੇ ਹੱਥ ਵਿੱਚ ਫੜਾ ਦੇਵੋ ਕਿ ਮਾਲਕ ਜੋ ਕਰਨਾ ਤੈਂ ਕਰਨਾ ਜਿਵੇਂ ਕਰਨਾ ਤੈਂ ਕਰਨਾ ਮੇਰਾ ਪੱਕਾ ਯਕੀਨ ਤੇਰੇ ਤੇ ਹੈ ਤੂੰ ਕਦੀ ਕਿਸੇ ਦਾ ਮਾੜਾ ਨਹੀਂ ਕਰਦਾ ਤੇ ਮੇਰਾ ਵੀ ਮਾੜਾ ਨਹੀਂ ਕਰੇਗਾ ਮੇਰੇ तमाम ਕੀਤੇ ਹੋਏ ਗੁਨਾਹਾਂ ਨੂੰ ਮaaf ਕਰਕੇ ਮੈਨੂੰ ਆਪਣੇ ਕਦਮਾਂ ਦੇ ਨਾਲ ਲਾ ਤੇ ਮੈਨੂੰ ਹੱਕ ਤੇ ਸੱਚ ਦਾ ਰਾਹ ਦਿਖਾ ਸਿੱਧੇ ਰਸਤੇ ਤੇ ਲੈ ਕੇ ਚੱਲ ਜਿਹਦੇ ਨਾਲ ਮੈਂ ਰੋਹਾਨੀਅਤ ਤੇ ਦੁਨਿਆਵੀ ਦੋਨੇ ਚੀਜ਼ਾਂ ਜਿਹੜੀਆਂ ਹਾਸਲ ਕਰ ਸਕਾਂ ਤੂੰ ਮਾਲਕ ਨਜ਼ਰ ਕਰਮ ਕਰਨਗੇ ਤੇ ਆਪ ਨੂੰ ਰਸਤਾ ਵੀ ਦੇਣਗੇ ਬਹੁਤ ਸਾਰੇ ਦੋਸਤ ਕਹਿੰਦੇ ਕਿ ਸਾਡਾ ਮਨ ਨਹੀਂ ਕਾਬੂ ਹੁੰਦਾ ਮਨ ਨਹੀਂ ਕਾਬੂ ਹੁੰਦਾ ਨਹੀਂ ਹੁੰਦਾ ਤੇ ਆਪਣੇ ਮਾਲਕ ਦੇ ਅੱਗੇ ਇਹ ਗੱਲ ਕਰੋ ਕਿ ਦਾਤਾ ਮੇਰੇ ਕੋ ਨਹੀਂ ਹੋ ਰਿਹਾ ਤੂੰ ਆਪਣੇ ਕਰਮ ਦੇ ਨਾਲ ਕਰ ਦੇ ਇਹ ਮਨ ਮੇਰੇ ਤੋਂ ਕਾਬੂ ਨਹੀਂ ਹੋ ਰਿਹਾ ਆਪਣਾ ਕਰਮ ਕਰ ਆਪਣੀ ਰਹਿਮਤ ਕਰ ਆਪਣਾ ਜ਼ਿਕਰ ਇਲਾਹੀ ਜੋ ਅਸੀਂ ਕਰ ਰਹੇ ਹਾਂ ਉਹਦੇ ਵਿੱਚ ਐਸਾ ਨੂਰ ਪੈਦਾ ਕਰ ਦੇ ਕਿ ਇਹ ਮਨ ਆਪਣੇ ਆਪ ਟਿਕਾਣੇ ਤੇ ਆ ਜਾਵੇ ਤੂੰ ਦਾਤਾ ਨਜ਼ਰ ਕਰਮ ਕਰ ਦੇਵੇਂ ਤਵਾਸ ਕਰਦਾ ਕਿ ਨੁਕਤੇ ਦੀ ਗੱਲ ਜਿਹੜੀ ਆਪਾਂ ਆਪ ਜੀ ਨੇ ਸਮਝ ਕੀਤੀ ਕਿ ਸਾਰੀਆਂ ਦੁੱਖਾਂ ਦੀ ਦਵਾਈ ਕੀ ਹੈ ਇੱਕ ਰੱਬ ਦਾ ਨਾਮ ਜਿੱਦੋਂ ਕਿਤੇ ਫਸ ਜਾਈਏ ਤੇ ਉਹਦੇ ਅੱਗੇ ਜਾਈਏ ਬਸ ਉਹ ਕੰਨਣ ਵਾਲਾ ਹੈ ਹੋਰ ਦੁਨੀਆ ਦੀ ਕੋਈ ਤਾਕਤ ਜਿਹੜੀ ਆ ਕਿਸੇ ਮੁਸੀਬਤ ਵਿੱਚੋਂ ਬੰਦੇ ਨੂੰ ਬਾਹਰ ਨਹੀਂ ਕੱਢ ਸਕਦੀ ਜੇ ਉਹ ਮਾਲਕ ਨਾ ਜਾਵੇ ਮਾਲਕ ਜਾਵੇ ਤਾਂ ਕੋਈ ਦੁਨੀਆ ਦੀ ਮੁਸੀਬਤ ਬੰਦੇ ਤੇ ਪੈ ਨਹੀਂ ਸਕਦੀ ਠੀਕ ਹੈ ਅੱਜ ਦਾ ਇਹ ਪੈਗਾਮ ਆਪਨਾ ਸਾਂਝਾ ਕੀਤਾ ਆਸ ਕਰਦਾ ਕੋਈ ਨਾ ਕੋਈ ਸਿੱਖਣ ਨੂੰ ਜਰੂਰ ਮਿਲਿਆ ਹੋਵੇਗਾ ਅੱਜ ਲਈ ਇੰਨਾ ਹੀ ਜਲਦ ਹਾਜ਼ਰ ਹੋਵਾਂਗਾ ਨਵੀਂ ਵੀਡੀਓ ਨਾਲ ਤਦ ਤੱਕ ਲਿਖ ਕੁਮਰਸ਼ਿਦ ਸੱਚ ਮੁਰਸ਼ਿਦ